ਪੰਜਾਬ 'ਚ ਜ਼ਿਮਨੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ। 4 ਵਿਧਾਨ ਸਭਾ ਹਲਕਿਆਂ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸੂਬੇ 'ਚ ਚੋਣਾਂ ਲਈ ਮੈਦਾਨ ਮੁੜ ਤਿਆਰ ਹੋ ਗਿਆ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਚੋਣ ਕਮਿਸ਼ਨਰ ਐਸ ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਫਗਵਾੜਾ, ਦਾਖਾ, ਜਲਾਲਾਬਾਦ ਤੇ ਮੁਕੇਰੀਆਂ 'ਚ ਜ਼ਿਮਨੀ ਚੋਣ ਲਈ 21 ਅਕਤੂਬਰ ਨੂੰ ਵੋਟਾਂ ਪੈਣਗੀਆਂ। ਮਾਨਯੋਗ ਮੁੱਖ ਚੋਣ ਆਯੋਗ ਜੋ ਪੰਜਾਬ ਦੀ ਜ਼ਿਮਨੀ ਚੋਣ ਵਾਸਤੇ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ, ਦਿੱਲੀ ਦੇ ਵਿੱਚ ਸਾਡੇ ਕੋਲ ਪਹੁੰਚ ਵੀ ਗਏ ਹੈ। ਉਹ ਜ਼ਿਮਨੀ ਚੋਣ ਇਸ ਪ੍ਰਕਾਰ ਦੀ ਹੈ, ਸਾਡੇ ਕੋਲ 4 ਅਸੈਂਬਲੀ ਹਲਕਾ ਦੇ ਵਿੱਚ ਜਿਹੜੇ ਅਕਾਲੀ ਹੋ ਗਿਆ ਹੈ ਉਹਦੇ ਵਿੱਚ ਜ਼ਿਮਨੀ ਚੋਣ ਹੋਣਾ ਹੈ। ਫਗਵਾੜਾ ਜੋ ਸ਼ੈਡਿਊਲ ਕਾਸਟ ਵਾਸਤੇ ਰਿਜ਼ਰਵਡ ਹੈ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਹੈ, ਔਰ ਮੁਕੇਰੀਆ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੈ, ਢਾਕਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੈ, ਜਲਾਲਾਬਾਦ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ। ਇਹ 4 ਅਸੈਂਬਲੀ ਹਲਕੇ ਦੇ ਵਿੱਚ ਜ਼ਿਮਨੀ ਚੋਣ ਹੋਣਾ ਹੈ। ਇਸਕਾ ਤਾਰੀਖ ਇਸ ਪ੍ਰਕਾਰ ਕੀ ਹੈ, ਡੇਟ ਆਫ ਇਸ਼ੂ ਆਫ ਗਜ਼ਟ ਨੋਟੀਫਿਕੇਸ਼ਨ 23/9/2019 ਜੋ ਮੰਡੇ ਪੈਂਦਾ ਹੈ, ਲਾਸਟ ਡੇਟ ਆਫ ਨਾਮੀਨੇਸ਼ਨ ਹੈ 30/9/2019 ਮੰਡੇ 'ਚ ਪੈਂਦਾ ਹੈ, ਡੇਟ ਫਾਰ ਸਕਰੂਟਨੀ ਆਫ ਨਾਮੀਨੇਸ਼ਨ 1/10/2019 ਟਿਊਸਡੇ 'ਤੇ ਪੈ ਰਿਹਾ, ਲਾਸਟ ਡੇਟ ਫਾਰ ਵਿਥਡਰਾਲ ਆਫ ਕੈਂਡੀਡੇਚਰ 3/10/2019 ਥਰਸਡੇ 'ਤੇ ਪੈ ਰਿਹਾ, ਡੇਟ ਆਫ ਪੋਲ ਹੈ ਜੋ ਮਹੱਤਵਪੂਰਨ ਹੈ 21/10/2019 ਜੋ ਮੰਡੇ ਪੈ ਰਿਹਾ, ਡੇਟ ਆਫ ਕਾਊਂਟਿੰਗ ਹੈ 24/10/2019 ਥਰਸਡੇ ਪੈ ਰਿਹਾ। ਇਹ ਸਾਰੀਆਂ ਪ੍ਰਕਿਰਿਆ ਹੈ ਕੰਪਲੀਟ ਹੋਣਾ ਹੈ 27/10/2019 ਤੱਕ। ਇਹ ਸ਼ੈਡਿਊਲ ਮਾਨਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕਰ ਦਿੱਤੀ ਗਏ ਹੈ। ਨਾਲ ਹੀ ਨਾਲ ਅੱਜ ਤੋਂ ਕੋਡ ਆਫ ਕੰਡਕਟ ਲਾਗੂ ਹੋ ਗਏ। ਇਸ 4 ਜ਼ਿਲ੍ਹੇ ਦੇ ਡੀ ਸੀ ਸਾਹਿਬਾਨ ਨੂੰ ਅਸੀਂ ਪਹਿਲੇ ਸੀ ਇੰਸਟਰਕਸ਼ਨ ਦੇ ਦਿੱਤੀ ਗਏ ਹੈ, ਜਦੋਂ ਇਲੈਕਸ਼ਨ ਡੇਟ ਦਾ ਐਲਾਨ ਹੋ ਜਾਂਦਾ ਹੈ ਤੁਰੰਤ ਕੋਡ ਆਫ ਕੰਡਕਟ ਲਾਗੂ ਹੋ ਜਾਵੇ, ਔਰ ਨਾਲ ਹੀ ਨਾਲ ਤਿਆਰੀਆਂ ਸ਼ੁਰੂ ਕਰ ਦਿੱਤਾ ਜਾਵੇ। ਸਾਡੇ ਕੋਲ EVMs ਦਾ, VVPATs ਦਾ, ਮਟੀਰੀਅਲਸ ਦਾ ਪੂਰਾ ਇੰਤਜ਼ਾਮ ਹੈ, ਕਿਉਂਕਿ ਹੁਣੇ ਜਨਰਲ ਇਲੈਕਸ਼ਨ 2019 ਪਾਰਲੀਮੈਂਟ ਵਾਸਤੇ ਮੁਕੰਮਲ ਕੀਤਾ ਗਿਆ ਹੈ। ਸਾਡੇ ਕੋਲ ਮਟੀਰੀਅਲਸ ਅਵੇਲੇਬਿਲਿਟੀ ਹੈ, ਫੋਰਸਿਸ ਦੀ ਅਵੇਲੇਬਿਲਿਟੀ ਹੈ, ਸਟੇਟ ਦਾ ਲਾ ਐਂਡ ਆਰਡਰ ਦੇਖਣ ਵਾਸਤੇ ਵੀ ਕੋਈ ਪ੍ਰੋਬਲਮ ਨਹੀਂ ਹੈ। ਸੁਰੱਖਿਆ ਨੂੰ ਲੈ ਕੇ ਫੋਰਸਿਸ ਦਾ ਪੰਜਾਬ ਪੁਲਿਸ ਇਹ ਕਰੇਗੀ ਪੂਰੇ ਇਲੈਕਸ਼ਨ ਦੇ ਦੌਰਾਨ ਜਾਂ ਵਾਰ ਮੁੰਨ ਹੈ? ਹੁਣ ਸਾਡੇ ਕੋਲ ਰਿਕੁਆਇਰਮੈਂਟ ਹੈ, ਪੰਜਾਬ ਪੁਲਿਸ ਜਿੰਨਾ ਵੀ ਹੈ ਅਸੀਂ ਵਰਤ ਸਕਦੇ, ਤੇ ਆਰਮਡ ਪੁਲਿਸ ਵੀ ਰਹਿੰਦਾ ਹੈ ਉਸਨੂੰ ਅਸੀਂ ਵਰਤ ਸਕਦੇ ਹਾਂ ਇਲੈਕਸ਼ਨ ਕਮਿਸ਼ਨ ਦੀ ਹਿਦਾਇਤ ਦੇ ਮੁਤਾਬਿਕ। ਅਗਰ ਜ਼ਰੂਰਤ ਪੈਣੇ ਤੇ ਅਸੀਂ ਇਸ ਤਰੀਕੇ ਕੋਈ ਬਾਤ ਹੁੰਦਾ ਹੈ ਦੈਨ ਵਿਲ ਬ੍ਰਿੰਗ ਇਟ ਟੂ ਦੀ ਨੋਟਿਸ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ। ਸੋ ਅਗਰ ਜ਼ਰੂਰਤ ਪੈਣੇ ਪਏ, ਅਦਰਵਾਈਜ਼ ਅੱਜ ਦੀ ਮਿਤੀ ਤੇ ਮੈਨੂੰ ਇਸ ਤਰੀਕੇ ਨਹੀਂ ਲੱਗ ਰਿਹਾ ਜੋ ਐਡੀਸ਼ਨਲ ਫੋਰਸਿਸ ਦੀ ਜ਼ਰੂਰਤ ਹੈ। ਸੀਵੀਜ਼ਲ ਐਪ ਨੂੰ ਲੈ ਕੇ ਵੀ ਜਿਵੇਂ ਕਿ ਪਹਿਲਾਂ ਇਲੈਕਸ਼ਨ ਕਮਿਸ਼ਨ ਨੇ ਦੇਖਿਆ ਗਿਆ ਲੋਕਾਂ ਨੇ ਕਾਫੀ ਕੰਪਲੇਂਟਸ ਉਸ ਦੇ ਦੌਰਾਨ ਕੀਤੀ ਸੀ, ਇਸ ਦੇ ਵਿੱਚ ਵੀ ਵਰਤਣ ਰਹੇਗੀ? ਪੂਰਾ ਰਹੇਗੀ, ਕਿਉਂਕਿ ਸੀਵੀਜ਼ਲ ਇੱਕ ਇਸ ਤਰੀਕੇ ਐਪ ਹੈ ਜੋ ਸੋਸ਼ਲ ਮੀਡੀਆ ਤੇ ਯੂਥ ਐਕਟਿਵ ਰਹਿੰਦਾ ਹੈ ਉਹਨਾਂ ਨੂੰ ਇੱਕ ਬੜੀਆ ਟੂਲ ਹੈ ਇਲੈਕਸ਼ਨ ਐਕਸਪੈਂਡੀਚਰ ਨੂੰ ਕਾਬੂ ਰੱਖਣ ਵਾਸਤੇ, ਕੋਡ ਆਫ ਕੰਡਕਟ ਨੂੰ ਲਾਗੂ ਕਰਨ ਵਾਸਤੇ, ਔਰ ਲੈਵਲ ਪਲੇਇੰਗ ਫੀਲਡ ਨੂੰ ਬਰਕਰਾਰ ਰੱਖਣ ਲਈ। ਇਹ ਸੀਵੀਜ਼ਲ ਬਹੁਤ ਇੰਪੋਰਟੈਂਟ ਇੱਕ ਅਹਿਮ ਟੂਲ ਹੈ, ਉਹ ਇਸ ਵਾਰ ਲਾਗੂ ਕਰਾਂਗੇ। ਇਹਨਾਂ ਸੀਟਾਂ ਲਈ 23 ਸਤੰਬਰ ਤੋਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ ਅਤੇ ਇਹਨਾਂ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਘੋਸ਼ਿਤ ਕੀਤੇ ਜਾਣਗੇ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।